ਦੁਖੀਆਂ ਦੇ ਨਾਥ ਵੇ ਗੇ ਸਰ ਪੇ ਮੇਰੇ ਤੇਰਾ ਹੱਥ ਵੇ ਬਾਬਾ ਨਾਨਕ ਦੁਖੀਆਂ ਦੇ ਨਾਥ ਵੇ ਗੇ ਸਰ ਪੇ ਮੇਰੇ ਤੇਰਾ ਹੱਥ ਵੇ ਛੱਡ ਗਏ ਸਾਥ ਵੇ ਬਾਬਾ ਨਾਨਕ ਦੁਖੀਆਂ ਦੇ ਨਾਥ ਵੇ ਬਾਬਾ ਨਾਨਕ ਦੁਖੀਆਂ ਦੇ ਨਾਥ ਵੇ ਸਰ ਤੇ ਮੇਰੇ ਰਾਗ ਰਾਗਣੀ ਮੰਗਲ ਗਾਇਆ ਪਇਆ ਆਨੰਦ ਜਗਤ ਵਿੱਚ ਕਲ ਤਾਰਨ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ ਤਨ ਤਨ ਹਮਾਰੇ ਕਰ ਆਇਆ ਪਿਰ ਮੇਰਾ ਤਨ ਤਨ ਹਮਾਰੇ ਪਾਗ ਕਰ ਆਇਆ ਪਿਰ ਮੇਰਾ ਹਮਾਰੇ ਪਾਗ
ਸਾਰੀ ਸ਼ਕਤੀ ਨੂੰ ਦੇ ਰੂਪ ਲੋਆ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਇਹ ਧੁੰਦ ਜਿਹੜੀ ਹੈ ਇਹ ਕੋਈ ਮੌਸਮੀ ਧੁੰਦ ਦੀ ਗੱਲ ਨਹੀਂ ਕਰਦੇ। ਗੁਰੂ ਨਾਨਕ ਦੀ ਆਮਦ ਤੋਂ ਪਹਿਲਾਂ ਇਹ ਸੰਸਾਰ 'ਤੇ ਧੁੰਦ ਸੀ, ਜ਼ੁਲਮ ਦੀ, ਅੰਧ ਵਿਸ਼ਵਾਸ ਦੀ, ਝੂਠ ਦੀ। ਬਸ ਗੁਰੂ ਨਾਨਕ ਦੀ ਆਮਦ ਦੇ ਉੱਤੇ ਕਹਿੰਦੇ ਇਹ ਸਾਰੀ ਧੁੰਦ ਦੂਰ ਹੋ ਗਈ ਅਤੇ ਇਹ ਸੰਸਾਰ ਨੂੰ ਉਸ ਨਾਮ ਨੂੰ ਵੀ ਚਾਨਣ ਦੇ ਨਾਲ ਗੁਰੂ ਨਾਨਕ ਨੇ ਜੋੜਨਾ ਕੀਤਾ। ਮੈਂ ਰਾਗੀ ਦੁਆਰ ਦੇ ਵਿੱਚ ਬੇਨਤੀ ਕੀਤੀ ਸੀ ਕਿ ਗੁਰੂ ਨਾਨਕ ਨੇ ਆਪ ਦੇ ਨਾਲ ਨਹੀਂ ਕਿਸੇ ਨੂੰ ਜੋੜਿਆ, ਉਸ ਕਾਲ ਦੇ ਨਾਲ ਜੋੜਿਆ ਹੈ, ਸ਼ਬਦ ਦੇ ਨਾਲ ਜੋੜਿਆ ਹੈ। ਜਦ ਪਕਸ ਉਦਾਸੀ ਕਰਦੇ ਹੋਏ ਸੁਮੇਰ ਪਰਬਤ ਤੇ ਪਹੁੰਚੇ ਨੇ ਤੇ ਉੱਥੇ ਸਾਹਿਬਾਂ ਦਾ ਮੇਲ ਪੱਥਰ ਜੋਗੀ ਦੇ ਨਾਲ ਹੋਇਆ ਤੇ ਸਾਹਿਬਾਂ ਨੇ ਦੇਖਿਆ ਕਿ ਜਿਹੜੇ ਜੋਗੀ ਸੀ ਇਹਨਾਂ ਦੀ ਉਮਰ 250 ਸਾਲ, 300 ਸਾਲ ਸੀ। ਇਹ ਜਿਹੜੇ ਆਏ ਹੋ ਸਿੱਖਾਂ ਦੇ ਨਾਲ ਅੱਖਾਂ ਢੱਕੀਆਂ ਹੋਈਆਂ ਬਿਰਧ ਸਰੀਰ ਨੇ, ਕਿਉਂਕਿ ਉਹਨਾਂ ਆਪ ਦੇ ਸਵਾਸ ਰੱਬੀਆਂ ਸਿੱਧੀਆਂ ਦੇ ਨਾਲ ਦਸਮ 'ਤੇ ਚੜਾਏ ਸੀ, ਸਵਾਸ ਖਰਚ ਨਹੀਂ ਸੀ ਕਰਦੇ, ਉਮਰ ਲੰਬੇਰੀ ਹੋ ਜਾਂਦੀ ਸੀ ਅਤੇ ਗੁਰੂ ਨਾਨਕ ਪਾਤਸ਼ਾਹ ਦੀ ਉਮਰ ਉਦੋਂ ਭਰਪੂਰ ਜਵਾਨੀ ਵੀ ਸੀ ਅਤੇ ਸਾਹਿਬਾਂ ਨੇ ਦੇਖਿਆ ਜਿਹੜੇ ਜੋਗੀ ਨੇ ਇਹ ਬਰਫ਼ ਦੇ ਉੱਤੇ ਬੈਠੇ ਹੋਏ ਭਾਵਾਂ ਧੰਧੂਰੇ ਖਾਂਦੇ ਨੇ, ਨਸ਼ੇ ਕਰਦੇ ਨੇ ਅਤੇ ਸਾਹਿਬਾਂ ਨੇ ਜੋਗੀਆਂ ਨੂੰ ਸਵਾਲ ਕੀਤਾ, ਕਹਿੰਦੇ ਜੋਗੀ ਜੀ ਤੁਸੀਂ ਇਹ ਜਿਹੜਾ ਨਸ਼ਾ ਕਰਦੇ ਹੋ ਕਿਉਂ ਕਰਦੇ ਹੋ? ਅਤੇ ਜੋਗੀ ਨੇ ਜਵਾਬ ਦਿੱਤਾ ਵੀ ਇਹ ਨਸ਼ਾ ਆਪਾਂ ਜਿਹੜਾ ਕਰਦੇ ਹਾਂ ਆਪਦੀ ਸੁਰਤ ਨੂੰ ਟਿਕਾਉਣ ਵਾਸਤੇ ਕਰਦੇ, ਸਾਡੀ ਸੁਰਤ ਟਿੱਕੀ ਰਹਿੰਦੀ। ਪਾਤਸ਼ਾਹ ਜੀ ਦੀ ਜੋਗੀ ਜੀ ਕਿੰਨੀ ਕੁ ਦੇਰ ਟਿੱਕੀ ਰਹਿੰਦੀ ਹੈ? ਕਹਿੰਦੇ 2-4-5-6 ਘੰਟੇ ਤਾਂ ਟਿੱਕੀ ਰਹਿੰਦੀ। ਕਹਿੰਦੇ ਫਿਰ ਉਸ ਤੋਂ ਬਾਅਦ ਕਹਿੰਦੇ ਫਿਰ ਹੋਰ ਨਸ਼ਾ ਕਰ ਲੈਂਦੇ ਹੋਰ ਸੁਰਤ ਨੂੰ ਟਿਕਾਉਣ ਵਾਸਤੇ। ਤੇ ਸਾਹਿਬ ਕਹਿੰਦੇ ਜੋਗੀ ਜੀ ਜੇ ਮੈਂ ਤੁਹਾਨੂੰ ਐਸਾ ਨਸ਼ਾ ਦੱਸਾਂ ਕਿ ਜਿਹੜਾ ਜਿਹੜਾ ਤੁਸੀਂ ਇੱਕ ਵਾਰੀ ਪੀਓ ਮੁੜ ਲੱਥੀ ਨਾ ਫੇਰ। ਤੇ ਐਸੀ ਸਾਹਿਬਾਂ ਦੀ ਗੱਲ ਸੁਣ ਕੇ ਜਿਹੜੇ ਜੋਗੀ ਜਿਹਨਾਂ ਨੂੰ ਮਾਣ ਸੀ ਆਪਣੀਆਂ ਰਹਿੰਦੀਆਂ ਸਿੱਧੀਆਂ ਤੇ ਯੋਗ ਹੱਟ ਤੇ ਗੁਰੂ ਨਾਨਕ ਦੇ ਗੱਲ ਪੈ ਗਈ, ਕਹਿੰਦੇ ਤੂੰ ਸਾਨੂੰ ਕੀ ਦੱਸੇਗਾ, ਤੇਰੀ ਤੇ ਉਮਰ ਅਜੇ ਸਾਡੇ 4/4 ਉਮਰ ਤੇਰੀ, ਤੂੰ ਸਾਨੂੰ ਕੀ ਸਮਝਾਏਗਾ? ਤੇ ਉਹ ਪਰਬਤ ਦੇ ਉੱਤੇ ਪੱਥਰ ਜੋਗੀ ਦੇ ਨਾਲ ਜੋ ਸਤਿਗੁਰੂ ਜੀ ਦੀ ਵਾਰਤਾਲਾਪ ਹੋਈ ਉਹ ਸਾਹਿਬ ਆਪ ਦੀ ਬਾਣੀ 'ਚ ਸਾਨੂੰ ਸਰਵਣ ਕਰਾਉਂਦੇ ਨੇ। ਆਪ ਕਰੋ ਕਿਰਪਾ ਗੁਰ ਸ਼ਬਦ ਦਾ ਜੀ ਉਹਨਾਂ ਦਾ ਜ਼ਿਕਰ ਕਰੀਏ। ਬਾਬਾ ਮਨ ਮਤਵਾਰੋ ਨਾਮ ਰਸ ਪੀਵੇ, ਬਾਬਾ ਮਨ ਮਤਵਾਰੋ ਨਾਮ ਰਸ ਪੀਵੇ, ਬਾਬਾ ਸਹਿਜ ਰੰਗ ਰਚ ਰਹਿਆ
ਸਬਦ ਨਾਹਤ ਕਹਿਆ Say
ਗੁਰਤੀ ਸਾਖੀ ਅੰਮ੍ਰਿਤ ਪਾਣੀ ਪੀਵਤ ਹੀ ਪਰਵਾਣ ਪਿਆ ਹਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਵੈਕੁੰਠੈ ਰਚ ਰਹਿਆ
ਤੇ ਸਾਹਿਬਾਂ ਨੇ ਕਿਹਾ ਜੋਗੀ ਜੀ ਜੇ ਨਸ਼ਾ ਪੀਆ ਹੋਈ ਜਿਹੜੀ ਸ਼ਰਾਬ ਕੱਢਦੇ ਨੇ ਦੇਸੀ ਕਿਸ ਤਰ੍ਹਾਂ ਕੱਢੀ ਜਾਂਦੀ ਇਹ ਤਾਂ ਲਗਭਗ ਸਾਰਿਆਂ ਨੂੰ ਪਤਾ ਹੋਵੇਗਾ ਕਿ ਇਹ ਪੁਰਾਣੇ ਗੁੜ ਸ਼ੀਰੇ ਤੋਂ ਬਣਦੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁੜ ਕਰ ਗਿਆਨ ਧਿਆਨ ਕਰ ਧਾਰ ਕਰ ਕਰਨੀ ਕਸ ਫਲ ਕਹਿੰਦੇ ਜਿਹੜਾ ਗੁੜ ਹੈ ਨਾ ਇਹ ਗਿਆਨ ਦਾ ਹੋਵੇ ਗੁੜ ਕਰ ਗਿਆਨ ਧਿਆਨ ਕਰ ਧਾਰ ਜਿਹੜਾ ਭਾਂਡਾ ਇਹ ਧਿਆਨ ਦਾ ਹੋਵੇ ਕਰ ਕਰਨੀ ਕਸ ਪਾਈਏ ਕਹਿੰਦੇ ਜਿਹੜੇ ਜੜੀਆਂ ਬੂਟੀਆਂ ਨਸ਼ੇ ਵਾਸਤੇ ਪਾਈਆਂ ਜਾਂਦੀਆਂ ਇਹ ਕਰਮਾਂ ਦੀ ਹੋਵੇ ਕਰ ਕਰਨੀ ਕਸ ਪਾਈਏ ਕਸ ਤੋਂ ਭਾਵ ਜੜੀ ਬੂਟੀ ਗੁੜ ਕਰ ਗਿਆਨ ਧਿਆਨ ਕਰ ਧਾਰੈ ਕਰ ਕਰਨੀ ਕਸ ਪਾਈਏ ਪਾਠੀ ਭਵਨ ਕਹਿੰਦੇ ਜਿਹੜੀ ਭੱਠੀ ਹੈ ਜਿਹਦੇ ਤੇ ਸ਼ਰਾਬ ਕੱਢਣੀ ਉਹ ਪਿਆਰ ਵਾਲੀ ਉਹ ਭਾਵਨਾ ਦੀ ਹੋਵੇ ਪਾਠੀ ਭਵਨ ਪ੍ਰੇਮ ਕਾ ਕੋਚਾ ਪੰਜਾਬੀ ਭਾਸ਼ਾ ਜਿਹੜਾ ਮਿੱਟੀ ਦਾ ਲੇਪ ਅਸੀਂ ਕਰਦੇ ਹਾਂ ਉਸ ਤਵੀ ਨੂੰ ਠੰਡੀ ਰੱਖਣ ਵਾਸਤੇ ਸਾਧੂ ਕਹਿੰਦੇ ਉਹ ਪ੍ਰੇਮ ਦਾ ਹੋਵੇ ਦੇਖੋ ਬਣਤਰ ਐਸੀ ਹੁੰਦੀ ਹੈ ਕਿ ਇੱਕ ਭਾਂਡਾ ਹੁੰਦਾ ਹੈ ਉਹਦੇ ਉੱਤੋਂ ਢੱਕ ਕੇ ਉਹਨੂੰ ਬਿਨਾਂ ਜੋਗੀਆਂ ਦੇ ਸਾਹਮਣੇ ਰੱਖਿਆ ਕਿ ਗੁੜ ਕਰ ਧਿਆਨ ਗੁੜ ਕਰ ਗਿਆਨ ਧਿਆਨ ਲਵਾਈਏ ਬਾਬਾ ਮਨ ਮਤਵਾਰੋ ਨਾਮ ਰਸ ਕੀ ਹੈ ਕਹਿੰਦੇ ਉਹ ਜਿਹੜਾ ਨਾਮ ਦਾ ਰਸ ਨਿਕਲੇਗਾ ਨਾ ਐਸੀਆਂ ਚੀਜ਼ਾਂ ਇਕੱਠੀਆਂ ਕਰਕੇ ਕਹਿੰਦੇ ਜੋਗੀ ਜੀ ਜਿਹੜਾ ਤੁਸੀਂ ਨਸ਼ਾ ਕਰਦੇ ਤਕਰੀਬਨ ਅੱਜ ਨਸ਼ੇ ਨੇ ਲੁੱਟ ਲਿਆ ਸਾਨੂੰ ਸਾਰਿਆਂ ਇੱਥੋਂ ਤੇ ਮੈਂ ਸਮਝਦਾ ਤੁਸੀਂ ਬੱਚੇ ਹੋ ਕਿ ਸਾਡਾ ਪੰਜਾਬ ਦੇ ਲਗਭਗ ਨਸ਼ੇ 'ਚ ਤੱਕ ਹੋ ਹੀ ਗਿਆ ਸਾਡੀ ਜਵਾਨੀ ਖਤਮ ਹੋ ਹੀ ਗਈ ਲਗਭਗ ਮੈਂ ਕਹਿਣ 'ਚ ਸ਼ਰਮ ਨਹੀਂ ਕਰਦਾ ਰਿਆਸਤਾਂ ਸਿਆਸਤਾਂ ਨੇ ਪੰਜਾਬ ਦੀ ਜਵਾਨੀ ਨੂੰ ਨਸ਼ੇ 'ਚ ਮਾਰ ਦਿੱਤਾ ਔਰ ਉਹਦੇ ਮਗਰ ਸਾਜਿਸ਼ ਹੈ ਇੱਥੇ ਹੀ ਮੈਂ ਆਪਦਾ ਥੋੜ੍ਹਾ ਜਿਹਾ ਧਿਆਨ ਲੈ ਜਾਵਾਂ ਕਿਉਂਕਿ ਸਿੱਖ ਕੌਮ ਇੱਕ ਐਸੀ ਕੌਮ ਹੈ ਕਿ ਇਹ ਸਭ ਸਮਝ ਚੁੱਕੇ ਨੇ ਕਿ ਇਹਨਾਂ ਨੂੰ ਜੰਗ ਜਿੱਤ ਕੇ ਜਾਂ ਸ਼ਸਤਰਾਂ ਦੇ ਨਾਲ ਨਹੀਂ ਮਾਰਿਆ ਜਾ ਸਕਦਾ ਇਹ ਹੁਣ ਚਾਲਾਂ ਘੜਦੇ ਨੇ ਕਿ ਇਹਨਾਂ ਨੂੰ ਕਿਸ ਤਰ੍ਹਾਂ ਮਾਰਿਆ ਜਾਏ ਅਤੇ ਸਾਡੇ ਨੌਜਵਾਨ ਫਸ ਵੀ ਗਏ ਖੈਰ ਇਹ ਮੇਰਾ ਟੋਪਿਕ ਨਹੀਂ ਸਾਧੂ ਕਹਿੰਦੇ ਜੇ ਪੂਰਾ ਸਾਜ ਪਿਆਲਾ ਸਹਿਜੇ ਦਿਸੇ ਪਿਆਏ ਜਾ ਕੋ ਨਦਰ ਕਰੇ ਕਹਿੰਦੇ ਜੋਗੀ ਵੀ ਇਹ ਸੌਖਾ ਨਹੀਂ ਕਰਦਾ ਇਹ ਜਿਹਦੇ 'ਤੇ ਉਹ ਆਪਦੀ ਨਜ਼ਰ ਕਰੇ ਨਾ ਅਕਾਲ ਪੁਰਖ ਉਹਨੂੰ ਇਨਾਮ ਦਾ ਰਸ ਮਿਲਦਾ ਅਖੀਰੀ ਪੰਕਤੀਆਂ 'ਚ ਪਾਤਸ਼ਾਹ ਉਸ ਪਰਖਤ ਜੋਗੀ ਦਾ ਭਰਮ ਤੋੜਦੇ ਨੇ ਕਹਿੰਦੇ ਸਿਫ ਤੀਰਤਾ ਸਦ ਬੈਰਾਗੀ ਜੂਹੇ ਜਨਮ ਨਹਾਰ ਹੈ ਕਹੋ ਨਾਨਕ ਸੁਰ ਪਰਖਤ ਜੋਗੀ ਹੀ ਵਾ ਅੰਮ੍ਰਿਤ ਧਾਰ ਹੈ ਕਹਿੰਦੇ ਉਹ ਆਪ ਦੇ ਅੰਦਰ ਤੋਂ ਲਿਖਿਆ ਪੜ੍ਹਦੇ ਪਰ ਅਸੀਂ ਪੜ੍ਹਦੇ ਹੀ ਹਾਂ ਬਸ ਕਿ ਲਿਖਿਆ ਹੁੰਦਾ ਕਿ ਨਾਮ ਕੁਮਾਰੀ ਨਾਨਕਾ ਚੜ੍ਹੀ ਰਸੀ ਦੀ ਰੂਟੀਨ ਬਣਾਈ ਮੈਂ ਅਕਸਰ ਇਹ ਬੇਨਤੀ ਕਰਦਾ ਹਾਂ ਨਾ ਇਹ ਜਿਹੜਾ ਕੰਪਿਊਟਰ ਪਰਮਾਤਮਾ ਨੇ ਸਾਡਾ ਦਿਮਾਗ ਬਣਾਇਆ ਨਾ ਇਹ ਬੜਾ ਕੰਪਿਊਟਰ ਹੈ ਤੁਸੀਂ ਇਹਦੇ 'ਚ ਕੋਈ ਵੀ ਆਪ ਦਾ ਮੇਲਾ ਕਹਿ ਨਹੀਂ ਜਾਂਦਾ ਰਾਤ ਨੂੰ ਸੌਂ ਜਾਓ ਉਸ ਦਾਤੇ ਦੀ ਅਰਦਾਸ ਕਰਦੀ ਸਿਰਫ 10 ਤੋਂ 15 ਦਿਨ ਘੜੀ ਨੂੰ ਲਾਰਮ ਲਗਾ ਕੇ ਸੋ ਜਾਓ 10 ਤੋਂ 15 ਦਿਨ ਜ਼ਿਆਦਾ ਨਹੀਂ ਇੰਨਾ ਜ਼ਰੂਰ ਕਰ ਲੈਣਾ ਵੀ ਜਿਸ ਵੇਲੇ ਲਾਰਮ ਵੱਜਦੇ ਫਿਰ ਉੱਠ ਜਾਣਾ ਇਹ ਨਹੀਂ ਲਾਰਮ ਕਰਕੇ ਫਿਰ ਉਹਦਾ ਘੰਟਾ ਸੋ ਲਈਏ ਫਿਰ ਉਹ ਨੀਂਦ ਕਦੀ ਨਹੀਂ ਪੜੀ 10 ਤੋਂ 15 ਦਿਨ ਦੇਖ ਲਓ ਸੋਲਵੇਂ ਦਿਨ ਦੇਖ ਲੈਣਾ ਤੁਹਾਨੂੰ ਅਲਾਰਮ ਦੀ ਜ਼ਰੂਰਤ ਨਹੀਂ ਹੈ ਆਪਣੇ ਆਪ ਹੀ ਗੱਲ ਇਹ ਕੰਪਿਊਟਰ ਫਿੱਟ ਹੋ ਜਾਏ ਦਿਮਾਗ ਫਿੱਟ ਹੋ ਜਾਏਗੀ ਰੂਟੀਨ ਇਹ ਪਰਮਾਤਮਾ ਨੂੰ ਅਸੀਂ ਨਹੀਂ ਹੁੰਦੇ ਪ੍ਰੈਕਟੀਕਲ ਹੈ ਦੇਖੋ ਮੰਨ ਲਓ ਤੁਸੀਂ ਕੋਈ ਅੰਮ੍ਰਿਤ ਵੇਲੇ ਕਿਤੇ ਸਵੇਰੇ 4 ਵਜੇ ਕੋਈ ਟ੍ਰੇਨ ਪੱਕੇ ਪਿਆਰੇ ਉਹ ਬੱਸ ਗੱਡੀ ਨਿਕਲ ਗਈ ਉਹ ਤਾਂ ਫਿਰ ਅਗਲੇ ਦਿਨ ਫੜੀ ਜਾਏਗੀ ਪਰ ਜਦੋਂ ਜ਼ਿੰਦਗੀ ਦੀ ਗੱਡੀ ਨਿਕਲ ਗਈ ਮੁੜ ਨਹੀਂ ਫੜੀ ਜਾਏਗੀ ਇਹ ਜਦੋਂ ਇਹ ਗੱਡੀ ਨਿਕਲ ਗਈ ਨਾ ਫਿਰ ਪਤਾ ਨਹੀਂ ਕਿੰਨੀਆਂ ਗੱਡੀਆਂ ਬਦਲਣੀਆਂ ਪੈਣਗੀਆਂ ਤੇ ਮਨੁੱਖ ਅੱਜ ਨਹੀਂ ਮਿਲੇ ਇਵੇਂ ਨਹੀਂ ਸਤਿਗੁਰ ਜੀ ਨੇ ਲਿਖਿਆ ਕਿ ਭਈ ਪ੍ਰਾਪਤ ਮਾਨੁਖ ਦੀ ਹੋਈ ਆ ਗੋਬਿੰਦ ਮਿਲਣ ਕੀ
ਇਹੀ ਸਮਾਂ ਤੇ ਜੇ ਇਹੀ ਕੁਆੜਿਆ ਤੇ ਫਿਰ ਤਾਂ ਜੂਣਾ ਤਿਆਰ ਹੀ ਨਹੀਂ। ਜਿਹਦੇ ਨਾਲ ਧੰਨ ਗੁਰੂ ਨਾਨਕ ਪਾਤਸ਼ਾਹ ਤੁਸੀਂ ਸਾਨੂੰ ਜੋੜਨ ਦਾ ਯਤਨ ਕੀਤਾ, ਅਸੀਂ ਇਹਨੇ ਵੀ ਟੁੱਟੇ ਕਰਦੇ ਆਪਣੇ ਪਿਆਰ ਦੇ ਨਾਲ ਗੁਰੂ ਕਿਰਪਾ ਜੀ ਸਾਰੇ ਸ਼ਬਦ ਨਾਲ ਬਣੇ ਹੋਏ। ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ, ਸਾਰੇ ਨੇ ਪੜ੍ਹਨਾ। ਸੁਣ ਸੁਣ ਜੀਵਾ ਤੇਰੀ ਬਾਣੀ ਪਾਣੀ, ਸੁਣ ਸੁਣ ਜੀਵਾ ਤੇਰੀ ਬਾਣੀ ਗੁਰੂ ਕਿਰਪਾ, ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ। ਅਰਦਾਸ ਕਰੀ ਰੱਬ ਆਪਣੇ ਆਖੇ, ਸੁਣ ਸੁਣ ਜੀਵਾ ਤੇਰੀ ਬਾਣੀ।
Thank you.
साहिब जी शरीरक मौत की गल नहीं करते क्योंकि शरीर तो समय च आया तो समय च चले जाना। साहिब उन्हां दी गल करते हैं तुहाडे च बहुत अभ्यासी बैठे होणगे मैनूं माफ कर देना लफ्ज़ थोड़े कौड़े ने कि वह इंसान जिहड़ा उस रब दे नाम नालों टुटिया होया भाव कि उस नाम का अभ्यासी नहीं है माफ करना उस शरीरक तौर पर भावें जी रहा पर आत्मक तौर पर उन्होंने सतगुर की बाणी मरिया होया कर पर असल चो मरिया होया अंदरों ते जड़ा मरिया होया ना वो कभी पार नहीं लग सकता। इस करके साहिब कहते हैं कि सदा ही उस मालिक दे के ये अरदास कर कि बादशाह मेरा रोम रोम मेरा सवास सवास तेरा नाम के नाल वाहेगुरू 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 जपता रहे। देखो ये जरा शरीर है कभी तुम इस गल से नोट किया भी रोज आप शाम रह साहब की बाणी पढ़ते हैं पंचम पिता रोज कहते हैं भई प्राप्त मानुख दे गुड़िया गोबिंद मिलन की अवर काज तेरे किते ना काम मेरे साथ संगत हुण इहदा पता है असीं कई बार गलत मतलब कढ लैंदे हां अवर काज तों असीं ला लैंदे भी हुण सतगुर ने आख्या कि भई बस नाम ही जपना है किरत विरत ते करनी हुण ਹੁਣ ਸਾਡੇ ਵਰਗੇ ਆਖੂ ਵੀ ਸਾਡੀ ਤੇ ਕਿਰਤੀ ਸਤਿਗੁਰ ਨੇ ਕੀਰਤਨ ਚ ਰੱਖੀ ਹੈ ਸਾਡੀ ਤੇ ਮਜਬੂਰੀ ਪਰ ਕਈ ਲੋਕ ਇਹਦਾ ਮਤਲਬ ਕੱਢ ਦਿੰਦੇ ਵੀ ਸਤਿਗੁਰ ਨੇ ਕਿਹਾ ਬਸ ਘਰ ਬਾਰ ਛੱਡ ਦਿਓ ਰੋਜੀ ਰੋਟੀ ਛੱਡ ਦਿਓ ਬਸ ਮਾੜਾ ਪੜ ਲਓ ਤੇ ਨਾਮ ਜਪੀ ਲਓ ਗਲਤ ਹੈ ਇਹ ਅਰਥ ਨਹੀਂ ਨੇ ਇਹ ਅਰਥ ਕਤਈ ਨਹੀਂ ਕਿਉਂਕਿ ਜੇ ਐਸਾ ਨਾਮ ਕਰ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਆਖਰੀ ਸਮੇਂ ਤੱਕ ਖੇਤੀ ਨਾ ਕਰਦੇ ਉਹਨਾਂ ਨੇ ਖੇਤੀ ਕੀਤੀ ਸਾਰੀ ਜ਼ਿੰਦਗੀ ਕਿਰਤ ਕੀਤੀ ਸਤਿਗੁਰੂ ਜੀ ਨੇ ਔਰ ਗੁਰੂ ਨਾਨਕ ਦਾ ਉਪਦੇਸ਼ ਹੀ ਕਹਿ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ
ਹੁਣ ਜੇ ਤਾਂ ਆਪਾਂ ਲੱਭ ਲੈਂਦੇ ਵੀ ਰਾਹ ਜਾਂਦੇ ਹਾਂ ਕਿਸੇ ਨਾਲ ਠੱਗੀ ਠਗੋਰੀ ਕਰ ਲਈਏ, ਚਲੋ ਸਾਡਾ ਤੇ ਟਾਈਮ ਸਰ ਗਿਆ, ਇਹ ਗੁਰਬਾਣੀ ਦੀ ਫਿਲੋਸਫੀ ਨਹੀਂ ਹੈ। ਨਾਮ ਜੋ ਵੰਡ ਛੱਡ ਸਿਮਿਲੈਰਿਟੀ ਦੇਖੀ ਗੁਰੂ ਨਾਨਕ ਨੇ। ਹੁਣ ਮੈਂ ਉਸ ਗੱਲ ਤੇ ਆਵਾਂ ਜਿਹੜਾ ਅਸੀਂ ਆਖਦੇ ਨਾ ਕਿ ਅਵਰ ਕਾਜ ਤੇਰੇ ਕਿਤੇ ਨਾਕਾਮ, ਉਹ ਅਵਰ ਕਾਜ ਕਿਹੜੇ ਨੇ ਜਿਹੜੇ ਅਸੀਂ ਕਰਮ ਕਾਂਡ ਕਰਦੇ, ਧਾਗੇ ਕਮੀਜ਼ਾਂ ਵੱਲ ਚੜ ਗਏ, ਮੜੀ ਮਸੀਤਾਂ ਵੱਲ ਚਲੇ ਗਏ, ਬਾਬਿਆਂ ਵੱਲ ਚਲੇ ਗਏ, ਜਾਦੂ ਟੂਣਿਆਂ ਵੱਲ ਚਲੇ ਗਏ, ਜਾਂ ਕਿਸੇ ਬਾਬੇ ਦੇ ਚੇਲੇ ਬਣ ਕੇ ਵੀ ਮੈਂ ਤੇ ਤੈਨੂੰ ਪਾਰ ਹੀ ਲਗਾ ਦਿਆਂਗਾ, ਵੀ ਜਿਹੜਾ ਬਾਬਾ ਆਪ ਹੀ ਧੱਬੇ ਖਾਂਦਾ ਫਿਰਦਾ ਤੁਹਾਨੂੰ ਕਿੱਥੇ ਪਾਰ ਲਗਾਏਗਾ, ਮੈਨੂੰ ਦੱਸੋ। ਮੈਂ ਬੜੀ ਵਾਰੀ ਦੇਖਿਆ ਇਹ ਸੜਕਾਂ ਤੇ ਜੋ ਜੀ ਬੈਠੇ ਹੁੰਦੇ 50 ਰੁਪਏ ਫੀਸ ਲੋਕੀ ਹੱਥ ਅੱਡੇ ਫਿਰਦੇ ਉਹਨਾਂ ਦੇ ਵੀ, ਬਈ ਇਹ ਸਾਨੂੰ ਸਮਝ ਨਹੀਂ ਆਉਂਦੀ ਵੀ ਜੀ ਉਹਦੇ ਪੱਲੇ ਕੁਛ ਹੁੰਦਾ, ਪਹਿਲੇ ਆਪਣਾ ਹੱਥ ਦੇਖਦਾ ਸਾਡਾ ਤੋਂ ਬਾਅਦ ਚ ਦੇਖਣਾ ਸੀ ਉਹਦੇ ਆਪਣੇ ਪੱਲੇ ਕੀ ਜਿਹੜਾ ਸੜਕ ਤੇ ਬੈਠਾ ਹੱਥ ਦੇਖਦਾ। ਫਿਰ ਮੈਂ ਦੇਖਿਆ ਲੋਕੀ ਨੱਗ ਪਾਏ ਫਿਰਦੇ, ਭਈਆ ਪੱਥਰਾਂ ਪੁੱਥਰਾਂ ਨਾਲ ਕੱਖ ਨਹੀਂ ਹੋਣਾ, ਜੇ ਗੁਰੂ ਨਾਨਕ ਦਾ ਪੁਰਬ ਮਨਾ ਰਹੇ ਤੇ ਇੱਕ ਫਿਰ ਅੱਜ ਨਿਰਣਾ ਕਰਕੇ ਦੇਖ ਲਓ, ਰੱਬ ਨਾ ਕਰੇ ਤੁਹਾਡੇ 'ਚ ਕੋਈ ਐਸਾ ਭਰਮੀ ਬੈਠਾ ਹੋਵੇ ਕਿ ਜਿਹੜਾ ਇਹ ਮੁੰਦਰੀਆਂ ਮੰਗਦੀਆਂ 'ਤੇ ਵਿਸ਼ਵਾਸ ਕਰਦਾ। ਮੈਂ ਜਾਪਣਾ ਗੁਰੂ ਨਾਨਕ ਦੀ ਹਜ਼ੂਰੀ 'ਚ ਕਹਿ ਰਿਹਾ, ਅੱਜ ਹੀ ਜਾ ਕੇ ਮੁੰਦਰੀਆਂ ਮੰਗਦੀਆਂ ਰੱਬ 'ਚ ਸੁੱਟ ਦਿਓ ਅਤੇ ਅਰਦਾਸ ਕਰੋ ਬਾਬੇ ਦੇ ਜੀ ਕੋਈ ਕੰਮ ਰੁੱਕ ਦੇਗਾ ਅਤੇ ਜੋ ਆਖੋਗੇ ਮੇਰੀ ਸਜ਼ਾ ਮੈਂ ਭੁਗਤਣ ਨੂੰ ਤਿਆਰ। ਭਰੋਸਾ ਸਿਧਤ ਸਾਨੂੰ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕੰਮ, ਕਹਿੰਦੇ ਆਹ ਜਿਹੜੇ ਤੂੰ ਕੰਮ ਕਰਦਾ ਫਿਰਦਾ ਨਾ ਕੋਈ ਇਹ ਤੇਰੇ ਕਿਸੇ ਕੰਮ ਨਹੀਂ ਆਉਂਦਾ। ਹੁਣ ਦੇਖੋ ਜੇ ਮੁੰਦਰੀ ਅਸੀਂ ਉਬੜ ਚ ਪਾਈ ਤੇ ਉਹਦਾ ਲਿਖ ਤੇ ਤਨ ਨਾਲ ਹੈ ਨਾ, ਲੇਕਿਨ ਬਾਬੇ ਦੀ ਬਾਣੀ ਤੇ ਮਨ ਤੱਕ ਬਦਲ ਦਿੰਦੀ ਸਾਡਾ। ਉਹ ਸਤਿਗੁਰ ਕਹਿੰਦੇ ਕਿ ਅਵਰ ਕਾਜ ਤੇਰੇ ਕਿਤੇ ਨਾ ਕੰਮ, ਮੇਰੇ ਸਾਧ ਸੰਗਤ ਇਹ ਸੰਗਤ ਦੇ ਕਿ ਜਿਹੜੀ ਮੰਗਦਿਆਂ ਤੋਂ ਰਾਜਾ ਵੀ ਬਣਾ ਦਿੰਦੀ। ਇਵੇਂ ਨਹੀਂ ਸਤਿਗੁਰ ਨੇ ਲਿਖਿਆ ਵਿੱਚ ਸੰਗਤ ਹਰ ਤਰ੍ਹਾਂ ਵਸੇਗੀ, ਸੰਗਤ ਗੁਰੂ ਨਾਨਕ ਦਾ ਵਸ ਹੈ। ਹੁਣ ਜਿਹੜੀ ਮੈਂ ਗੱਲ ਆਪ ਜੀ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਭਈ ਪ੍ਰਾਪਤ ਮਨੁੱਖ ਦੀ ਹੁਨੀਆ ਵਾਲੀ ਕਿਉਂ ਸਾਨੂੰ ਕਿੰਨਾ ਨਵਾਜਿਆ, ਤਿੰਨ ਕੈਟੇਗਰੀਜ਼ ਦੇ ਵਿੱਚ ਜੀਵਨ ਨੂੰ ਵੰਡਿਆ ਗਿਆ। ਪਹਿਲੀ ਕੈਟੇਗਰੀ ਜਿਹੜੀ ਆ ਜਾਂਦੀ ਇਹ ਦੇਵਤਿਆਂ ਦੀ, ਦੇਵਤਾ ਦੇਵ ਆਤਮਾ ਬਖਸ਼ੀ ਹੋਈ ਰੂਹ, ਆਤਮਾ ਹੈ ਦੇਵਤਾ ਦੇਵ ਆਤਮਾ, ਉਹ ਦੇਵਤਿਆਂ ਦੇ ਕੋਲ ਵਿਕਸਿਤ ਮਨ ਤੇ ਹੈ, ਪਰ ਉਹਨਾਂ ਕੋਲ ਕਰਮ ਕਮਾਉਣ ਵਾਸਤੇ ਕਰਮ ਬੀਜਣ ਵਾਸਤੇ ਸਰੀਰ ਨਹੀਂ ਦੇਵਤਿਆਂ ਕੋਲ, ਇਸ ਕਰਕੇ ਮੁਕਤ ਨਹੀਂ ਹੋ ਸਕਦੇ ਦੇਵਤੇ, ਮੁਕਤ ਨਹੀਂ ਹੋ ਸਕਦੇ ਕਿਉਂਕਿ ਉਹਨਾਂ ਕੋਲ ਕਰਮ ਭੂਮੀ ਨਹੀਂ, ਸਰੀਰ ਨਹੀਂ। ਤੇ ਜਿਹੜਾ ਇਹ ਮਨੁੱਖ ਜਨਮ ਜਿਹੜਾ ਉਸ ਪਰਮਾਤਮਾ ਦੇ ਵਿੱਚ ਰੱਬ ਦਾ ਰੂਪ ਹੋਣ ਦਾ ਮਾਲਕ ਜਿਹੜਾ ਇਹ ਕਰਮਾਂ ਤੇ ਟਿਕਿਆ ਹੋਇਆ। ਰੋਜ਼ ਤੁਸੀਂ ਬਾਬੇ ਨਾਨਕ ਦੀ ਬਾਣੀ ਪੜ੍ਹਦੇ ਹੋ ਅੰਮ੍ਰਿਤ ਵੇਲੇ, ਤੇ ਜਦੋਂ ਸਮਾਪਤੀ ਕਰਦੇ ਹੋ ਤੇ ਕੀ ਪੜ੍ਹਦੇ ਹੋ ਕਿ ਕਰਮ ਹੀ ਆਪੋ ਆਪਣੀ, ਕਰਮਾਂ ਦੀ ਗੱਲ ਆ ਗਈ। ਹੁਣ ਕਰਮ ਹੋਏਗਾ ਸਰੀਰ ਹੋਏਗਾ ਤੇ ਕਰਮ ਬੀਜਾਂਗੇ। ਉਹ ਦੇਵਤਿਆਂ ਕੋਲ ਦੇਵੇ ਆਤਮਾ ਤੇ ਹੈ ਪਰ ਉਹਨਾਂ ਕੋਲ ਸਰੀਰ ਨਹੀਂ। ਦੂਜੀ ਕੈਟੇਗਰੀ ਆ ਗਈ ਜੋਨੀਆਂ ਦੀ, ਕੀੜੇ ਪਤੰਗੇ ਪਸ਼ੂ ਪਕਸ਼ੀ ਰੈਪਟਾਈਲਸ, ਹੁਣ ਉਹਨਾਂ ਕੋਲ ਹਰ ਉਹ ਚੀਜ਼ ਹੈ ਤੇ ਹਰ ਉਹ ਚੀਜ਼ ਉਹ ਕਰਦੇ ਨੇ ਜੋ ਮਨੁੱਖ ਕਰਦਾ, ਹੱਥ ਨੱਕ ਕੰਨ ਮੂੰਹ ਇੰਦਰੀਆਂ ਸਰੀਰ ਜੂਣਾਂ ਦੇ ਕੋਲ ਵੀ ਹੈ, ਮਨੁੱਖ ਦੇ ਕੋਲ ਵੀ ਹੈ। ਪਰਿਵਾਰ ਇਨਸਾਨ ਵੀ ਬਣਾਉਂਦਾ, ਪਰਿਵਾਰ ਜੂਣੀਆਂ ਵੀ ਬਣਾਉਂਦੀਆਂ, ਬੱਚੇ ਇਨਸਾਨ ਵੀ ਪੜ੍ਹਾਉਂਦਾ ਜੂਣੀਆਂ ਵੀ ਪੜ੍ਹਾਉਂਦੀਆਂ, ਕੋਈ ਪੜ੍ਹਨਾ ਸਿਖਾ ਦਿੰਦਾ, ਕੋਈ ਉੱਠਣਾ ਸਿਖਾ ਦਿੰਦਾ, ਕੋਈ ਸ਼ਿਕਾਰ ਕਰਨਾ ਸਿਖਾ ਦਿੰਦਾ। ਜੂਣੀਆਂ ਕੋਲ ਹਰ ਉਹ ਚੀਜ਼ ਹੈ ਜਿਹੜੀ ਇਨਸਾਨ ਦੇ ਕੋਲ ਹੈ, ਪਰ ਉਹਨਾਂ ਜੂਣੀਆਂ ਕੋਲ ਵਿਕਸਿਤ ਮਨ ਨਹੀਂ ਹੈ, ਸੋਝੀ ਨਹੀਂ ਹੈ। ਹੁਣ ਜਿਵੇਂ ਤੁਸੀਂ 2 ਘੰਟੇ 3 ਘੰਟੇ ਸੰਗਤ ਕਰਦੇ ਹੋ ਕਿਸੇ ਜਾਨਵਰ ਨੂੰ ਆਖੋ ਕਰਦੇ ਨਹੀਂ ਕਰੇ, ਪਰ ਕਈ ਬੱਚੇ ਰਾਹ, ਅੱਜ ਮੈਨੂੰ ਫੇਸਬੁੱਕ 'ਤੇ ਮੈਸੇਜ ਆਇਆ, ਰਾਤ ਸਮਾਗਮ ਹੋ ਰਿਹਾ ਸੀ ਖੰਡ ਕੀਰਤਨੀਆਂ ਦਾ ਅੰਬਾਲੇ, ਕਈ ਅਚਾਨਕ ਹੀ ਇੱਕ ਕੁੱਤਾ ਆ ਗਿਆ ਅੰਦਰ ਤੇ ਆ ਕੇ ਉਹਨੇ ਕੋਈ ਖਰੜ ਨਹੀਂ ਮਚਾਇਆ,
ਜਿੱਥੇ ਸੰਗਤ ਬੈਠੀ ਸੀ, ਸੰਗਤ ਦੇ ਵਿੱਚ ਕਾਰ ਆ ਕੇ ਕਿਸੇ ਦੀ ਲੋਈ ਦੇ ਅੰਦਰ ਵੜ ਗਿਆ। ਦੇਖਣਾ ਫੇਸਬੁੱਕ ਤੇ ਸ਼ਾਇਦ ਪੜ੍ਹਨ ਨਹੀਂ ਆਇਆ। ਕਹਿੰਦੇ 3 ਘੰਟੇ ਸਮਾਗਮ ਚੱਲਿਆ ਤੇ 3 ਘੰਟੇ ਕੁੱਤਾ ਹਿੱਲਿਆ ਨਹੀਂ ਆਪਣੀ ਥਾਂ ਤੇ। ਇਹ ਜਾਨਵਰ ਵੀ ਸੋਚੀ ਹੈ ਕਈਆਂ ਨੇ, ਜਿਹੜੇ ਭੜਕੇ ਹੋਏ ਚੋੜੀਆਂ ਚ ਆ ਜਾਂਦੇ, ਪਰ ਗੁਰੂ ਨਾਨਕ ਦੇ ਤਾਰ ਨਾ ਤੇ ਹੈ ਨਾ ਕਿਸੇ ਨਾ ਕਿਸੇ ਤਰ੍ਹਾਂ। ਖੈਰ ਮੈਂ ਗੱਲ ਕਰ ਰਿਹਾ ਸੀ ਕਿ ਉਹਨਾਂ ਜੋੜੀਆਂ ਕੋਲ ਵਿਕਸਿਤ ਮਨ ਨਹੀਂ ਹੈ, ਉਹ ਕਰਮ ਕਮਾ ਸਕਦੇ ਨੇ ਪਰ ਉਹਨਾਂ ਕੋਲ ਸੋਝੀ ਨਹੀਂ। ਸਰੀਰ ਤੇ ਹੈ ਹੁਣ ਪਈ ਪ੍ਰਾਪਤ ਮਾਨੁਖ ਦੇ ਹੋਈ ਹੈ। ਆਪਣੇ ਜੇ ਝੱਗ ਮਾਰੋ ਕਿ ਪਰਮਾਤਮਾ ਨੇ ਸਾਨੂੰ ਇੰਦਰੀਆਂ, ਇਹ ਸਰੀਰ ਕਰਮ ਭੂਮੀ ਦਿੱਤੀ ਹੈ ਕਰਮ ਬੀਜਣ ਵਾਸਤੇ, ਤੇ ਸਾਨੂੰ ਸੋਝੀ ਦਿੱਤੀ ਵਿਕਸਿਤ ਮਨ ਦਿੱਤਾ ਗੁਰੂ ਸ਼ਬਦ ਦੀ ਕਮਾਈ ਕਰਨ ਵਾਸਤੇ। ਕੇਵਲ ਮਨੁੱਖ ਕੋਲ ਦੋਨੋਂ ਚੀਜ਼ਾਂ ਨੇ, ਇਸ ਕਰਕੇ ਸਤਿਗੁਰੂ ਜੀ ਨੇ ਲਿਖਿਆ ਕਿ ਪਈ ਪ੍ਰਾਪਤ ਮਾਨੁਖ ਦੀ ਹੋਈ ਹੈ ਗੋਬਿੰਦ ਮਿਲਣ ਦੀ। ਕਹਿੰਦੇ ਇਹੀ ਹੈ ਕਿ ਭਾਈ ਜੀ ਜਦੋਂ ਇਹ ਗੱਡੀ ਜੇ ਨਿਕਲ ਗਈ ਤਾਂ ਮੁੜ ਹੱਥ ਨਹੀਂ ਲਿਆਉਣੀ, ਇਹਨੂੰ ਸੰਭਾਲਣਾ। ਬੜੇ ਬੜੇ ਲੋਕ ਵਿਸ਼ਵਾਸ ਹੈ ਇਹ ਬੁੱਢੇ ਨੂੰ ਕੀ ਪਤਾ ਕਿ ਮਰਨਾ ਕੀ ਹੈ, ਮਰ ਕੇ ਹੀ ਪਤਾ ਲੱਗਦਾ ਕਿ ਮੌਤ ਕੀ ਹੈ। ਸੋ ਗੁਰੂ ਸਵਾਰੀ ਉਹ ਪਤਾ ਨਹੀਂ ਕਿਸ ਵੇਲੇ ਸਵਾਸ ਨਿਕਲ ਜਾਣੇ। ਇਹ ਗੁਰੂ ਨਾਨਕ ਕੋਲੋਂ ਮੰਗ ਕੇ ਜਾਇਓ। 5 ਮਿੰਟ ਦਾ ਸਿਰਫ ਮੈਨੂੰ ਹੁਕਮ ਹੋਇਆ ਸੀ, ਬੜੇ ਪਿਆਰ ਵਾਲੇ ਪਰਿਵਾਰ ਨੇ ਹੁਕਮ ਕੀਤਾ ਸੀ ਭਾਈ ਸਾਹਿਬ ਕਿ ਤੁਸੀਂ ਸ਼ਬਦ ਸਾਨੂੰ ਜ਼ਰੂਰ ਸ਼ਬਦ ਸਰਵਣ ਕਰਾਇਆ ਅਤੇ ਉਤਰ ਗਏ ਹੋਏ ਮਨ ਦਾ ਸੰਸਾ ਜਬ ਦਰਸ਼ਨ ਪਾਇਆ ਠਾਕੁਰ ਤੋਂ ਸੁਣਾਈ ਆਇਆ। ਸੋ ਮੈਂ ਸ਼ਬਦ ਲਾ ਕੇ ਫਿਰ ਖੇਮਾ ਦਾ ਜਾ ਚੁੱਕਾ ਜੀ। ਬੇਨਤੀ ਫਿਰ ਉਹੀ ਹੈ ਵੀ ਆਪਾਂ ਸਾਰੇ ਸ਼ਬਦ ਨਾਲ ਪੜ੍ਹਨਾ ਤਾਂ ਕਿ ਸਾਰਿਆਂ ਦੀ ਹਾਜ਼ਰੀ ਲੱਗ ਸਕੇ। ਆਪ ਗੁਰੂ ਕਿਰਪਾ ਜੀ ਗੁਰ ਸ਼ਬਦ ਨਾਲ ਸਾਥ ਪਾਉਣ ਦਾ ਯਤਨ ਕਰੀਏ। ਓਮ ਸਰਨਾਈ ਆਇਆ ਠਾਕੁਰ, ਓਮ ਸਰਨਾਈ ਓਮ ਸਰਨਾਈ ਸਰਨਾਈ ਆਇਆ।
ਨਹੀਂ ਹੈ ਇਹ ਮਾਨ ਸਤਿਕਾਰ ਗੁਰੂ ਦੀ ਬਾਣੀ ਤੇ ਬਾਣੀ ਦਾ ਹੈ।
ਕਈ ਕਰਮੀ ਤੁਰੇ ਕਰਦੇ ਹੋਣਗੇ ਦੁਨੀਆਂ, ਕਈ ਧੱਕੇ ਖਾਂਦੇ ਹੋਣਗੇ ਕੇਵਲ ਬਾਬੇ ਦੀ ਬਾਣੀ ਕਰਕੇ। ਇੱਕ ਸੱਚ ਕਹਿਣ ਲੱਗਿਆ ਹੈ ਕੌੜਾ, ਮੰਨ ਲਓ ਮੇਰੀ ਦਿਮਾਗ ਖੋ ਲੈਂਦਾ ਹੈ, ਸੱਚ ਕਰਕੇ ਦੱਸਿਓ, ਆਪਣੇ ਮਨ ਵੱਲੋਂ ਪੁੱਛ ਕੇ ਦੱਸਿਓ ਮੈਨੂੰ ਇੰਨਾ ਸਤਿਕਾਰ ਤੁਸੀਂ ਦਿਓਗੇ ਨਹੀਂ ਦਿਓਗੇ, ਕਿਉਂਕਿ ਮੇਰੇ ਕੋਲ ਬਾਬੇ ਦੀ ਬਾਣੀ ਨਹੀਂ, ਮੇਰੇ ਕੋਲ ਬਾਬੇ ਦਾ ਬਾਣਾ ਨਹੀਂ ਹੋਣਾ। ਸੋ ਗੁਰੂ ਸਾਰੇ ਹੱਥ ਜੋੜ ਕੇ ਬੇਨਤੀ ਹੈ ਵੀ ਬਾਬੇ ਦੀ ਬਾਣੀ ਦੇ ਧਾਰਨੀ ਬਣੋ, ਜਿਹੜਾ ਬਾਣੀ ਦੇ ਬਾਣੀ ਨਾਲ ਜੁੜ ਗਿਆ ਤੇ ਬਾਬੇ ਨੇ ਆਪਣੀ ਗੱਲ ਬੱਕੜੀ ਚ ਲੈ ਲਿਆ, ਇਕੱਠੇ ਹੋ ਗਏ। ਮੇਰੇ ਤੇ ਮਨ ਚ ਸੀ ਮੈਂ ਸਟੇਜ ਤੇ ਹੀ ਗੱਲ ਕਰ ਦੇਣਾ, ਮੈਂ ਇਕੱਲਿਆਂ ਕਰਨੀ ਸੀ ਭਾਈ ਸਾਹਿਬ ਨਾਲ ਤੇ ਮੈਂ ਸਟੇਜ ਤੇ ਹੀ ਕਰ ਦੇਣਾ। ਕੋਈ ਐਸਾ ਰੂਟੀਨ ਬਣਾ ਲਓ ਮਹੀਨੇ ਦਾ, ਕੋਈ ਆਖਰੀ ਐਤਵਾਰ ਜਾਂ ਕੋਈ ਦਿਨ ਰੱਖ ਲਓ, ਸੰਗਰਾਂਦ ਦਾ ਰੱਖ ਲਓ, ਕੋਈ ਵੀ ਦਿਨ ਰੱਖ ਲਓ, ਇੱਥੇ ਸਮਾਗਮ ਕਰਿਆ ਕਰੋ ਬੈਠ ਕੇ ਮਹੀਨੇ ਬਾਅਦ। ਮੈਨੂੰ ਅੱਧੀ ਰਾਤ ਵੀ ਹੁਕਮ ਕਰੋ ਕਿ ਮੈਂ ਆਉਣ ਤਿਆਰ ਗੁਰੂ ਦੀ ਹਜ਼ੂਰੀ 'ਚ ਲਿਆ, ਇੱਥੇ ਕੀਰਤਨੀਆਂ ਪੈਦਾ ਕਰੋ, ਇੱਥੇ ਕੀਰਤਨੀਆਂ ਬਣਾਓ, ਕਿਉਂਕਿ ਸਿੱਖੀ ਦਾ ਬੂਟਾ ਤਾਂ ਹੀ ਫਲੇ ਫੁੱਲੇਗਾ ਜੇ ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਲ, ਐਵੇਂ ਨਹੀਂ ਲਿਖਿਆ ਬਾਣੀ। ਤੁਹਾਡੇ 'ਚ ਕੀਰਤਨੀਆਂ ਹੋਣ, ਤੁਹਾਡੇ 'ਚ ਪ੍ਰਚਾਰਕ ਹੋਣ, ਤੁਸੀਂ ਕੀਰਤਨ ਕਰੋ। ਮੇਰੇ ਤੋਂ ਪਹਿਲੇ ਭਾਈ ਸਾਹਿਬ ਮੈਂ ਨਾਂ ਨਹੀਂ ਜਾਣਦਾ, ਬੜਾ ਰਸ ਪਿੰਨਾ ਕੀਰਤਨ ਕਰ ਰਹੇ ਸੀ, ਮੈਂ ਬਾਹਰ ਚਾਹ ਪੀਂਦਾ ਸੁਣ ਰਿਹਾ ਸੀ, ਬੜੇ ਪਿਆਰੇ ਸੁਰ ਸੀ ਔਰ ਬੜੀ ਮਿੱਠੀ ਆਵਾਜ਼ 'ਚ ਕੀਰਤਨ ਕਰ ਰਹੇ ਸੀ। ਐਸਾ ਸਾਰਿਆਂ ਨੂੰ ਕਰਨਾ ਚਾਹੀਦਾ। ਦੇਖੋ ਐਡਾ ਸੋਹਣਾ ਮਹਿਲ ਤੁਹਾਨੂੰ ਗੁਰੂ ਨਾਨਕ ਨੇ ਬਖਸ਼ਿਆ, ਇਹ ਮਹਿਲ ਗੁਰੂ ਨਾਨਕ ਦਾ ਥੋੜ੍ਹਾ, ਗੁਰੂ ਨਾਨਕ ਨੇ ਤੇ ਆਪਾਂ ਹੀ ਸੰਗਤ ਤੇ ਅਰਪਣ ਕੀਤਾ, ਇਹ ਮਹਿਲ ਤੁਹਾਡਾ ਹੀ ਹੈ। ਇਹ ਗੁਰੂ ਕਲ ਘਰ, ਗੁਰੂ ਕਿਤੇ ਸਾਡੇ ਤੋਂ ਵੱਖਰਾ, ਆਪਾਂ ਬਾਬੇ ਦੇ ਹਾਂ, ਬਾਬਾ ਸਾਡਾ। ਬਸ ਇੰਨੀ ਗੱਲ, ਇੱਥੇ ਜ਼ਰੂਰ ਜੁੜਿਆ ਕਰੋ, ਦੋ ਸਮੇਂ ਕੀਰਤਨ ਹੋਵੇ, ਬਾਣੀ ਪੜ੍ਹੀ ਜਾਏ, ਅੰਮ੍ਰਿਤ ਵੇਲੇ ਪੰਜਾਂ ਬਾਣੀਆਂ ਦਾ ਪਾਠ ਹੋਵੇ, ਸੁਖਮਣੀ ਦਾ ਪਾਠ ਹੋਵੇ, ਸ਼ਾਮ ਨੂੰ ਰਹਿਰਾਸ ਸਾਹਿਬ ਦੀ ਬਾਣੀ ਹੋਵੇ, ਰਾਤ ਨੂੰ ਤੁਸੀਂ ਢੋਲਕੀ ਨਾਲ ਇੱਥੇ ਚੌਂਕੀ ਸਾਹਿਬ ਕੱਢੋ, ਦੇਖੋ ਰੌਣਕਾਂ ਵੱਜਣਗੀਆਂ। ਅਤੇ ਜਿੱਥੇ ਤੁਸੀਂ ਥੋੜ੍ਹਾ ਜਿਹਾ ਸਮਾਂ ਬਾਬੇ ਨੂੰ ਨਿੱਤ ਕੱਢੋਗੇ ਅਤੇ ਬਾਬਾ ਫਿਰ ਤੁਹਾਡਾ ਹੋਵੇ, ਤੁਹਾਡੇ ਘਰ 'ਚ ਵੀ ਖੁਸ਼ੀਆਂ ਬਰਕਤਾਂ ਪਾਏ। ਔਰ ਉੱਥੇ ਕੋਸ਼ਿਸ਼ ਕਰਿਆ ਕਰੋ ਕਿ ਆਪਦਾ ਦਸਵੰਧ ਕੱਢਿਆ ਕਰੋ, ਕਿਉਂਕਿ ਲਿਖਿਆ ਸਾਡੇ ਬਜ਼ੁਰਗ ਕਹਿੰਦੇ ਸੀ ਕਿ ਜੋ ਬਾਬੇ ਕੇ ਨਾ ਦੇ ਹੈ ਉਹ ਬਾਬਰ ਕੇ ਦੇ ਹੈ, ਕਹਿੰਦੇ ਜਿਹੜੇ ਬਾਬੇ ਦਾ ਨਵੇਂ ਨਹੀਂ ਕੱਢਦਾ ਨਾ ਫਿਰ ਉਹ ਬਾਬਰ ਭਾਵ ਕੋਈ ਨਾ ਕੋਈ ਐਸਾ ਹੀਲਾ ਵਸੀਲਾ ਬਣ ਜਾਂਦਾ ਵੀ ਕਿਤੇ ਹੋਰ ਨਿਕਲ ਜਾਂਦਾ। ਸੋ ਕਹਿਣ ਤੋਂ ਮੇਰਾ ਭਾਵ ਸੱਚ ਜਾਣੋ, ਮੈਂ ਮੇਰੀ ਆਦਤ ਨਹੀਂ ਹੈ ਮੈਂ ਕਿਸੇ ਦੀ ਫਲੈਟਰੀ ਕਦੀ ਕਰਾਂ, ਮੈਂ ਫਲੈਟਰੀ ਕਰਦਾ ਤੇ ਕੇਵਲ ਗੁਰੂ ਰਾਮਦਾਸ ਦੀ ਕਰਦਾ, ਹੋਰ ਕਿਸੇ ਦੀ ਨਹੀਂ ਕਰਦਾ। ਮੈਂ ਜੇ ਫਲੈਟਰੀ ਕਰਦਾ ਤੇ ਬਾਬੇ ਦੇ ਸ਼ਬਦ ਨਹੀਂ ਕਰਦਾ, ਹੋਰ ਕਿਸੇ ਦੀ ਨਹੀਂ ਕਰਦਾ। ਪਰ ਅਸੀਂ ਬਹੁਤ ਘੁੰਮਦੇ ਹਾਂ, ਇਹ ਵਾਜਾ ਸਾਨੂੰ ਲਜਾਈ ਫਿਰਦਾ ਥਾਂ ਥਾਂ 'ਤੇ, ਪਰ ਸੱਚ ਜਾਣੋ ਜੈਸਾ ਗੁਰਦੁਆਰਾ ਸਾਹਿਬ ਤੁਸੀਂ ਸੰਗਤ ਨੇ ਬਣਾ ਲਿਆ ਨਾ, ਐਸੇ ਗੁਰਦੁਆਰੇ ਪੰਜਾਬ 'ਚ ਵੀ ਕਿਤੇ ਬਹੁਤ ਘੱਟ ਦੇਖਣ ਨੂੰ ਮਿਲਦੇ ਪ੍ਰਾਈ। ਔਰ ਇਹਦੇ 'ਤੇ ਮੈਂ ਕਹਿੰਦਾ ਤੁਹਾਡੇ 'ਤੇ ਖਾਸ ਕਿਰਪਾ ਹੋਈ ਗੁਰੂ ਨਾਨਕ ਦੀ ਕਿ ਤੁਸੀਂ 550 ਸਾਲਾਂ 'ਤੇ ਆ ਕੇ ਸਮਰਪਿਤ ਕੀਤਾ ਸੰਗਤ। ਤੁਸੀਂ ਟੀਚਾ ਮਿੱਥਿਆ ਹੋਏਗਾ ਨਾ ਵੀ ਅਸੀਂ 550 ਸਾਲਾਂ 'ਤੇ ਇਹਨੂੰ ਆਰੰਭ ਕਰਨਾ ਸੰਗਤ ਵਾਸਤੇ। ਸੋ ਸਤਿਗੁਰ ਹੋਰ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਅਤੇ ਮੇਰੇ ਵਾਸਤੇ ਵੀ ਅਰਦਾਸ ਕਰਿਓ ਕਿ ਪਾਤਸ਼ਾਹ ਜਿੰਨੀ ਦੇਰ ਇਸ ਵਾਸ ਨੇ ਇਸ ਅਸੀਂ ਸੇਵਾ ਨਿਭਾਉਂਦੇ ਰਹੀਏ ਅਤੇ ਤੁਹਾਡੇ ਸੰਗਤ ਦੀ ਚਰਨ ਕੋਲੀ ਅਸੀਂ ਆਪਣੇ ਘਰਾਂ ਨੂੰ ਲੈ ਕੇ ਜਾਂਦੇ ਰਹੀਏ। ਅੱਜ ਦਸਾਂ ਦੀ ਬਸ ਹੁਣੇ ਰਵਾਨਗੀ ਹੈ ਵਾਪਸੀ, ਅਰਦਾਸ ਕਰਿਓ ਸਤਿਗੁਰ ਜੀ ਆਪ ਅੰਗ ਸੰਗ ਹੋ ਕੇ ਵਾਪਸ ਪਹੁੰਚਾ ਦੇਣ, ਸਵਾਸ ਚੱਲਦੇ ਰਹਿਣ, ਫਿਰ ਕਦੀ ਸਮਾਂ ਮਿਲਿਆ ਆਪ ਸੰਗਤਾਂ ਦੇ ਦਰਸ਼ਨ ਕਰਨ ਜ਼ਰੂਰ ਆਵਾਂਗੇ। ਹੁਣ ਇੱਕ ਅਸੀਸ ਸਾਨੂੰ ਜਗਾਰੇ 'ਚ ਬਖਸ਼ਿਓ, ਕਿਉਂਕਿ ਇੱਕ ਪੈਰਾਮੀਟਰ ਹੁੰਦਾ ਹੈ ਜਿਹੜੇ ਕੀਰਤਨੀਆਂ ਹੁੰਦੇ ਨਾ ਇਹ ਸੰਗਤ ਦੀ ਜਗਾਰੇ ਤੋਂ ਹੀ ਪਤਾ ਲਾ ਲੈਂਦੇ ਵੀ ਸੰਗਤ ਕਿੰਨੀ ਕੁ ਸਾਨੂੰ ਅਸੀਸ ਬਖਸ਼ਦੀ। ਹੁਣ ਫਤਿਹ ਬੁਲਾਇਓ ਜੀ, ਸਮੇਂ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਕਾਰਯੋਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਗਨ ਕਰ ਰਹੇ ਸੀ, ਇਹ ਸਨ ਭਾਈ ਸਾਹਿਬ ਭਾਈ ਧਰਮਵੀਰ ਸਿੰਘ ਜੀ ਜਿਹੜੇ ਕਿ ਅੰਮ੍ਰਿਤਸਰ ਤੋਂ ਆਏ ਹਨ। ਬਹੁਤ ਹੀ ਪਿਆਰ ਵਾਲੇ, ਬਹੁਤ ਹੀ ਸਤਿਕਾਰਯੋਗ ਹਨ। ਮੈਂ ਆਪ ਜੀ ਨੂੰ ਪਰਸੋਂ ਵੀ ਇਹ ਚੀਜ਼ ਦੱਸੀ ਸੀ ਕਿ ਜਦੋਂ ਵੀ ਮੈਂ ਭਾਈ ਸਾਹਿਬ ਨੂੰ ਫੋਨ ਕਰਾਂ ਤੇ ਭਾਈ ਸਾਹਿਬ ਕਦੀ ਮੁੰਬਈ ਜਾ ਰਹੇ, ਕਦੀ ਨਾਗਪੁਰ ਜਾ ਰਹੇ, ਕਦੀ ਮਹਾਰਾਸ਼ਟਰ, ਕਿੱਥੇ ਕਿੱਥੇ ਸੈਰ ਕਰਦੇ ਰਹਿੰਦੇ ਹਨ। ਬਾਬਾ ਜੀ ਇਹਨਾਂ ਨੂੰ ਬੁਲਾਉਂਦਾ ਹੈ ਅਤੇ ਇੱਥੇ ਵਾਸਤੇ ਕਦੀ ਵੀ ਇਹਨਾਂ ਕੋਲ ਟਾਈਮ ਨਹੀਂ ਸੀ। ਇਸ ਵਾਰੀ ਬਾਈ ਚਾਂਸ ਇਸ ਤਰ੍ਹਾਂ ਹੋਇਆ ਕਿ ਮੈਂ ਇੱਕ ਮਹੀਨੇ ਪਹਿਲਾਂ ਹੀ ਇਹਨਾਂ ਨੂੰ ਫੋਨ ਕਰਤਾ। ਮੈਨੂੰ ਪਤਾ ਸੀ ਕਿ 550 ਸਾਲ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ, ਇਸ ਵਿੱਚ ਵੈਸੇ ਵੀ ਥੋੜ੍ਹੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਸਾਨੂੰ ਜਿਹੜੇ ਅੱਛੇ ਰਾਗੀ ਜਥੇ ਆ ਨਹੀਂ ਮਿਲਦੇ ਹਨ। ਤਾਂ ਭਾਈ ਸਾਹਿਬ ਨੇ ਹਾਮੀ ਭਰੀ ਕਿ ਮੈਂ ਇਸ ਵਾਰ ਚੰਬਾ ਜ਼ਰੂਰ ਆਵਾਂਗਾ। ਸੋ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਔਰ ਆਪ ਜੀ ਸ਼ਰਨ ਕਰ ਰਹੇ ਹੋ, ਕਰੀਬ 3 ਦਿਨ ਹੋ ਗਏ ਭਾਈ ਸਾਹਿਬ ਤੁਹਾਨੂੰ ਕੀਰਤਨ ਰਾਹੀਂ ਯਾਦ ਕਰਦੇ ਹਨ, ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਅਤੇ ਅੱਜ ਸਾਡੇ ਵਿੱਚ ਬਹੁਤ ਹੀ ਐਸਟੀਐਮ ਸਾਹਿਬ ਸਾਡੇ ਵਿੱਚ ਆਏ ਹਨ ਅਤੇ ਨਾਲ ਉਹਨਾਂ ਦੇ ਹੋਰ ਵੀ IAS ਆਫਿਸਰ ਸਾਹਿਬ ਆਏ ਹਨ। ਮੈਂ ਚਾਹਾਂਗਾ ਕਿ ਜੀ ਆਇਆਂ ਨੂੰ ਵੈਲਕਮ, ਅਤੇ ਗੁਰੂ ਘਰ ਦਾ ਇੱਕ ਸਨਮਾਨ ਜਿਹੜਾ ਹੈ ਇਹਨਾਂ ਨੂੰ ਦਿੱਤਾ ਜਾਵੇ। ਐਸਟੀਐਮ ਸਾਹਿਬ ਜੀ ਇੱਥੇ ਆ ਕੇ ਗੁਰੂ ਘਰ ਦਾ ਜਿਹੜਾ ਆਸ਼ੀਰਵਾਦ ਹੈ, ਜਿਹੜਾ ਪਿਆਰ ਹੈ, ਉਹ ਜਿਹੜਾ ਉਹ ਸਾਡੇ ਬੇਨਤੀ ਕਰਾਂਗਾ ਕਿ ਇਹ ਤੁਹਾਨੂੰ 8 ਵਜੇ ਤੋਂ 9:30 ਵਜੇ ਤੱਕ ਕੀਰਤਨ ਰਾਹੀਂ ਯਾਦ ਕਰਨਗੇ। ਉਸ ਤੋਂ ਬਾਅਦ ਜਿਹੜਾ ਹੈ ਲੰਗਰ ਵਗੈਰਾ ਦਾ ਪ੍ਰੋਗਰਾਮ ਹੈ। ਆਪ ਜਿਹੜਾ 3 ਦਿਨ ਹੋਰ ਹੈ, 13, 14, 15, 16, ਅੱਜ 13 ਤਰੀਕ ਹੈ, 3 ਦਿਨ ਹੋਰ ਆ। ਇਸੀ ਤਰ੍ਹਾਂ ਰਾਤ ਦੇ ਦੀਵਾਨ ਵਿੱਚ ਸੱਜ ਕੇ ਆਓ ਔਰ ਸੱਚੇ ਪਾਤਸ਼ਾਹ ਦੀ ਖੁਸ਼ੀਆਂ ਪ੍ਰਾਪਤ ਕਰੋ। ਨੈਕਸਟ ਤੋਂ ਆਏ ਹਨ, ਮੈਂ ਬੇਨਤੀ ਕਰਾਂਗਾ ਕਿ ਉਹ ਵੀ ਸਟੇਜ 'ਤੇ ਆਣ ਕੇ ਆਪਣਾ ਸਿਰੋਪਾ ਲਈ ਜਾ ਸਾਰਾ ਪ੍ਰੋਗਰਾਮ ਟੈਲੀਕਾਸਟ ਹੁੰਦਾ ਪੂਰੇ ਡਿਸਟ੍ਰਿਕਟ ਵਿੱਚ। ਮੈਂ ਇਹਨਾਂ ਦਾ ਬਹੁਤ ਹੀ ਧੰਨਵਾਦੀ ਹਾਂ, ਸਾਰੇ ਪ੍ਰਸ਼ਾਸਨ ਦਾ ਬਹੁਤ ਧੰਨਵਾਦੀ ਹਾਂ, ਪੁਲਿਸ ਪ੍ਰਸ਼ਾਸਨ ਦਾ ਬਹੁਤ ਧੰਨਵਾਦੀ ਹਾਂ, ਕਿਉਂਕਿ ਇਹਨਾਂ ਦੀ ਸਹਾਇਤਾ ਤੋਂ ਬਗੈਰ ਕੁਛ ਵੀ ਨਹੀਂ ਹੁੰਦਾ, ਕੋਈ ਵੀ ਕਾਰਜ ਸਫਲ ਨਹੀਂ ਹੁੰਦੇ। ਮੈਂ ਇੱਕ ਵਾਰ ਫਿਰ ਆਪ ਸਾਰੀ ਸੰਗਤ ਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਲੱਖ ਲੱਖ ਵਾਰ ਵਧਾਈ ਦਿੰਦਾ ਹਾਂ। ਮੈਂ ਇੱਕ ਬੇਨਤੀ ਕਰਾਂਗਾ ਭਾਈ ਸਾਹਿਬ, ਇੱਕ ਸ਼ਬਦ ਛੋਟਾ ਜਿਹਾ ਹੋਰ, ਉਸ ਤੋਂ ਬਾਅਦ ਆਪਾਂ ਅਨੰਦ ਸਾਹਿਬ ਕਰ ਸਕਦੇ। ਕਲ ਤਾਰੇ ਕਿਸ ਨੂੰ ਨਾ ਲੱਗਿਆ, ਕਲ ਤਾਰੇ
ਅਰਦਾਸ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਤ ਜੀ ਸਾਏ ਵਾਰ, ਸ਼੍ਰੀ ਭਗਤ ਜੀ ਕੀ ਪਾਤਸ਼ਾਹੀ ਤਸਮੀ, ਗ੍ਰੰਥਾਂ ਭਗਤ ਤੇ ਸਿਮਰ ਕੈ ਗੁਰੂ ਨਾਨਕ ਨਹੀਂ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ਼੍ਰੀ ਆਪਣੀ ਸ਼ਕਤੀ ਆਈ ਹੈ ਜੀ ਜਿੱਥੇ ਸ਼ਬਦ ਪਜਾਏ, ਤੇਗ ਬਹਾਦਰ ਸਿਮਰੀ ਹੈ ਗਾਣੋ ਨਿੰਦਾ ਵਰਤਾਏ, ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ, ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਤ ਦਾਤੀਆਂ ਅੰਦਰ ਕਰ ਬੋਲੋ ਜੀ, ਪੰਜਾਂ ਪਿਆਰਿਆਂ ਚੋਂ ਸਹਿਬਜ਼ਾਦਿਆਂ ਚਾਲਿਆਂ ਮੁੱਕਿਆਂ ਹੱਟਿਆਂ ਜੱਪਿਆਂ ਤੱਪਿਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛੱਕਿਆ, ਦੇਖ ਚਲਾਈ ਤੇਗ ਬਹਾਈ ਦੇਖ ਕੇ ਅੰਡ ਕੀਤਾ, ਇਹਨਾਂ ਪਿਆਰਿਆਂ ਸਚਿਆਰਿਆਂ ਦੇ ਕਮਾਈ ਦਾ ਧਿਆਨ ਅੰਦਰ ਕਰ ਬੋਲੋ ਜੀ, ਜਿਨ੍ਹਾਂ ਸਿੰਘਾਂ ਸਿੰਘੜਿਆਂ ਨੇ ਤਲਮੇ ਸੀ ਦਿੱਤੇ, ਬੰਧ ਬੰਧ ਕਟਾਏ ਕੁੱਪਣੀਆਂ ਲਵਾਈਆਂ ਚੜਖੀਆਂ ਤੇ ਚੜੇ, ਤਨ ਹਾਰਿਆ ਨਾਲ ਚਿਰਾਏ ਸਿੱਖੀ ਕੇਸਾਂ ਸਵਸਥਾ ਨਾਲ ਨਿਭਾਏ, ਤਿਨਾਂ ਦੀ ਕਮਾਈ ਦਾ ਧੀਆਂ ਅੰਦਰ ਕਰ ਬੋਲੋ ਜੀ, ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਧੀਆਂ ਅੰਦਰ ਕਰ ਬੋਲੋ ਜੀ, ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ, ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੇ, ਚਿਤਾਵਨ ਕਰ ਸਤਿਕਾਰ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾਈ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਵ ਦੇਵ ਪਤਹਿ ਵ੍ਰਤ ਕੀ ਪੈਜ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ, ਸਿੱਖਾਂ ਨੂੰ ਸਿੱਖੇ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਰ ਦਾਨ, ਪੁਰਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸਨਾਨ, ਚੌਕੀਆਂ ਲੈਂਦੇ ਬੁਕੇ ਜੁਗੋ ਜੁਗੋ ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ, ਸਿੱਖਾਂ ਦਾ ਮੰਨੀ ਵਾ ਮਨ ਨੂੰ ਜੀਵਨ ਪੱਤਾ ਰੱਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਮਨ ਦੇ ਸਦਾ ਸਾਹਿਬ ਦਾ ਧਾਰ ਜੀਓ, ਸੇ ਨਨਕਾਣਾ ਸਾਹਿਬ ਤੁਰ ਗੁਰਦੁਆਰਿਆਂ ਗੁਰਧਾਮਾ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਮੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਹੈ ਨਿਬਾਣੀਆਂ ਦੇ ਮਾਣ, ਨਿਤਾਣੀਆਂ ਦੇ ਤਾਣ, ਨੀ ਉੱਟੀਆਂ ਦੀ ਓਟ, ਨੀ ਪੱਤੀਆਂ ਦੀ ਪੱਤ, ਨੀ ਗੱਤੀਆਂ ਦੀ ਗੱਤ, ਨੀ ਆਸਰਾਂ ਦੇ ਆਸਰੇ, ਦੋ ਜਹਾਂ ਦੇ ਵਾਲੀ ਸ਼ਰਮ ਕਲਾਕਾਰ ਬਾਣੀ ਦੇ ਪੋਹਿਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅਰਦਾਸ ਬੇਨਤੀ ਜ਼ਰੂਰੀ ਹੈ, ਗੁਰਪੁਰਬ ਦੀ ਖੁਸ਼ੀਆਂ ਵਜੋਂ ਸਮੂਹ ਸੰਗਤਾਂ ਨੇ ਮਿਲ ਕੇ ਰਾਤਰੀ ਦੇ ਦੀਵਾਨ ਸਜਾਏ, ਸਜੇ ਦੀਵਾਨਾਂ ਵਿੱਚ ਆਰਤੀ ਸਾਹਿਬ, ਹਰੀ ਜਸ ਕੀਰਤਨ, ਪ੍ਰਾਂਤ ਅਨੰਦ ਸਾਹਿਬ ਦੇ 6 ਪੌੜੀਆਂ ਦੇ ਜਾਪ ਹੋਏ, ਕੀਰਤਨ ਕਰਦਿਆਂ ਬਾਣੀ ਪੜ੍ਹਦਿਆਂ ਜਾਪ ਕਰਦਿਆਂ ਬਾਣੀ ਸੁਣਦਿਆਂ ਸੇਵਾ ਕਰਦਿਆਂ ਨੇ ਘਰ ਪਕਾਰ ਦੀਆਂ ਫੁੱਲਾਂ ਚੱਕਾ ਵੇਚੀਆਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਮਾਫ ਕਰਨਾ, ਬਾਣੀ ਪੜ੍ਹਨ ਦੀ ਦਾਤ ਪੁੱਛਣੀ, ਬਾਣੀ ਪੜ੍ਹਨ ਦੀ ਸਮਰੱਥਾ ਪੁੱਛਣੀ, ਪੜ੍ਹੀ ਸੁਣੀ ਬਾਣੀ ਸੱਚਖੰਡ ਕੇ ਪ੍ਰਵਾਨ ਕਰਨੀ, ਪੜ੍ਹੀ ਸੁਣੀ ਬਾਣੀ ਦਾ ਪੁੰਨ ਫਲ ਸਮੂਹ ਸੰਗਤਾਂ ਨੂੰ ਸੇਵਾਦਾਰਾਂ ਨੂੰ ਪੁੱਛਣਾ, ਹਾਜ਼ਰੀ ਦਿੱਤੇ ਪ੍ਰਵਾਨ ਕਰਨੀ, ਖੁਸ਼ੀਆਂ ਬਖਸ਼ਿਸ਼ ਕਰਨੀਆਂ, ਖੇੜੇ ਬਖਸ਼ਿਸ਼ ਕਰਨੇ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਪਿਘਲਾਂ ਤੇ ਬਚਾ ਕੇ ਰੱਖਣਾ, ਸੰਗਤਾਂ ਵੱਲੋਂ ਖੁਸ਼ੀਆਂ ਵਜੋਂ ਤਿਲਕੂ ਬੇਟਾ ਹਾਜ਼ਰ ਹੈ, ਅਰਦਾਸ ਬੇਟਾ ਹਾਜ਼ਰ ਹੈ, ਨਾਮ ਆਪ ਜਾਣੀ ਜਾਣੋ, ਜਿਨ੍ਹਾਂ ਖਜ਼ਾਨੋ ਮਾਇਆ ਸੋ ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਾ ਦੂਰ ਕਰਨੇ, ਬਿਘਨਾਂ ਤੇ ਬਚਾ ਕੇ ਰੱਖਣਾ, ਤੰਦਰੁਸਤੀ ਹਾਸਿਲ ਕਰਨੀ, ਬਿਮਾਰੀਆਂ ਦੂਰ ਕਰਨੀਆਂ, ਦੁੱਖ ਦੂਰ ਕਰਨੇ, ਬਾਣੀ ਦੀ ਦਾਤ ਬਖਸ਼ਣੀ, ਸਿਮਰਤ ਦੀ ਦਾਤਾਂ ਬਖਸ਼ਣੀਆਂ, ਨਿਤਨੇਮ ਦਾਤਾਂ ਬਖਸ਼ਣੀਆਂ, ਅੰਮ੍ਰਿਤ ਵੇਲੇ ਜਾਗਣਾ ਬਖਸ਼ਣਾ, ਆਪਣੇ ਚਰਨਾਂ ਦੀ ਪ੍ਰੀਤ, ਕਦਮ ਕਦਮ ਲੇਖੇ ਨਾਮੇ ਸਮੂਹ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ, ਰਹਿਮਤਾਂ ਕੰਨੀਆਂ ਵਾਧੇ ਵਸ਼ੇਸ਼ ਕਰਨੇ, ਬੁੱਲਾ ਚੁੱਕਾ ਨਾਪ ਕੰਨੀਆਂ, ਦੇਸ਼ ਪ੍ਰਦੇਸ਼ ਸਹਾਇਤਾ ਕਰਨੀ, ਹੁਣ ਆਪ ਜੀ ਦੇ ਅਜੂਰੇ ਵਿੱਚ ਸਮੂਹ ਸੰਗਤਾਂ ਵੱਲੋਂ ਆਪ ਜੀ ਦੇ ਖਜ਼ਾਨੇ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਹੈ, ਆਪ ਜੀ ਦਰ ਤੇ ਪ੍ਰਵਾਨ ਹੋ, ਪ੍ਰਵਾਨ ਮੈਂ ਪ੍ਰਸਾਦ ਸਮੂਹ ਸੰਗਤਾਂ ਹੀ ਵਰਤੇ, ਜੋ ਜੀ ਛਕੇ ਆਪ ਜੀ ਦਾ ਨਾਮ ਸਤਨਾਮ।
ਸ੍ਰੀ ਵਾਹਿਗੁਰੂ ਨਾਮ ਜਪੇ। ਹੁਣ ਆਪ ਜੀ ਆਪਣਾ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ। ਹੁਕਮਨਾਮੇ ਤੇ ਚਲਨ ਤੇ ਸਮਰੱਥਾ ਬਖਸ਼ੀਸ਼ ਕਰਨੀ ਜੀ। ਜੋ ਜੀ ਆਪ ਦਰ ਤੇ ਆਵੇ ਸੋ ਰਾਜੀ ਹੋ ਕੇ ਜਾਵੇ। ਮਨੋ ਮੰਗੀਆਂ ਮੁਰਾਦਾਂ ਪਾਵੇ ਸਹੀ ਪਿਆਰੇ ਮੇਲ। ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਵਰ ਕਛੂ ਮੈਂ ਸੰਗ ਨਾ ਚੱਲੈ ਮਿਲਾ ਕਿਰਪਾ ਗੁਣ ਗਾਮ ਰਾਜ ਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਛਾਮ ਦਾਏ ਦਾਏ ਬੋ ਬਿਦ ਕੋ ਧਾਵੈ ਸਗਲ ਨਿਰਾਰਥ ਕਾਮ ਬਿਨ ਗੋਬਿੰਦ ਹੋ ਜੇ ਚਾਉ ਜਿਸ ਸਗਲ ਬਾਤ ਹੈ ਖਾਮ ਕਉ ਨਾਨਕ ਸੰਤ ਰੇਨ ਮੰਗੋ ਮਨ ਪਾਵੈ ਬਿਸਰਾਮ। ਸੱਜਣ ਸੱਜਾ ਪਾਤਸ਼ਾਹ ਸ਼ਿਰ ਸ਼ਾਹ ਜਿਸ ਪਾਸ ਬੈਠਿਆ ਸੋਈਐ ਸਭਨਾ ਜਿਸ ਪਾਸ ਬੈਠਿਆ ਸੋਈਐ ਸਭਨਾ ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜੈ ਸ਼੍ਰੀ ਮਹਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੇਰਾ ਹੀਰਾ ਰਤਨ ਨਾਮ ਹਰ ਵਸਿਆ ਗੁਰ ਹੱਥ ਧਰਿਓ ਮੇਰਾ ਮੱਥਾ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ ਗੁਰੂ ਨਾਮ ਦੀ ਓਰ ਨਾਥ ਮੇਰਾ ਹੀਰਾ ਰਤਨ ਨਾਮ ਹਰ ਵਸਿਆ ਗੁਰ ਹੱਥ ਧਰਿਓ ਮੇਰਾ ਮੱਥਾ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ ਗੁਰੂ ਨਾਮ ਦੀ ਓਰ ਨਾਥ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰਪੁਰੈ ਹਰ ਨਾਮ ਦੜਾਇਆ ਬਿਨ ਨਾਵੈ ਜੀਵਨ ਬਿਰਥਾ ਰਾਉ ਬਿਨ ਗੁਰ ਮੋੜ ਭਏ ਹੈ ਮਨੁੱਖ ਤੇ ਮੋਹ ਮਾਇਆ ਨਿਤ ਫਥਾ ਸਾਧੂ ਚਰਨ ਸੇਵੇ ਕਹੋ ਤਿਨ ਸਭ ਜਨਮ ਅਕਥਾ ਜਨਮ ਸਨਥ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨ ਨਾਥ ਹਮ ਅੰਦਰੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥ ਹਮ ਅੰਦਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲ ਮਿਲੰਥ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉਂ ਚਲ ਮਾਰਗ ਪੰਥ ਹਮ ਅੰਦਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲ ਮਿਲੰਥ ਧਰਮਵੀਰ ਸਿੰਘ ਜਿਹੜੇ ਅੰਮ੍ਰਿਤਸਰ ਤੋਂ ਆਇਆ ਹਨ ਇਹਨਾਂ ਦਾ ਕੋਟ ਖਾਨ ਕੋਟ ਧੰਨਵਾਦ। ਇਹ ਜਿਹਨਾਂ ਦੀ ਵਾਪਸੀ ਹੈ ਕੱਲ ਨੂੰ ਭਾਈ ਸਾਹਿਬ ਭਾਈ ਰਘੁਵੀਰ ਸਿੰਘ ਪਟਿਆਲੇ ਵਾਲੇ ਆ ਰਹੇ ਹਨ ਉਹ ਆਪ ਜੀ ਨੂੰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ
ਤਿੰਨ ਦਿਨ ਵਾਸਤੇ ਕੀਰਤਨ ਰਾਜ ਨਿਹਾਲ ਕਰਾਂਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ ਅਗਲੇ ਤਿੰਨ ਦੀਵਾਨਾਂ ਵਿੱਚ ਵੀ ਵੱਧ ਚੜ੍ਹ ਕੇ ਹਾਜ਼ਰੀਆਂ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਜਪ ਸਤਨਾਮ 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 ਜੀ, ਦੇਖੋ।